بسم اللہ الرحمن الرحیم السلام علیکم ناظرین ਤੁਸੀਂ ਦੇਖ ਰਹੇ ਹੋ اردو ਪੰਜਾਬੀ ਵਲਾਗ ਮੈਂ ਅਮਰ ਫਰੂਕ ਅੱਜ ਮੈਂ ਮੌਜੂਦਾਂ ਕਿਲਾ ਮਰੋਟ ਆ ਤੁਹਾਨੂੰ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੈ ਕਿਲਾ ਮਰੋਟ ਹੈ ਤੇ ਇਹਦੀ ਹਾਲਤ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਕੈਫੋ ਜੀਏ ਸਾਰੇ ਦੇ ਸਾਰੇ ਦਾ ਬੇੜਾ ਗਰਕ ਹੋਇਆ ਖਲੋਤਾਵੇਂ ਤੇ ਇਹ ਸਾਰੇ ਰੋਡ ਪੇ ਖਲੋਤੇ ਨੇ ਤੇ ਜੜੀਆਂ ਦੀਵਾਰਾਂ ਵਿੱਚ ਉਹ ਵੀ ਖਤਮ ਹੋ ਗਈਆਂ ਨੇ ਤੇ ਕਾਫੀ ਖਸਤਾ ਹਾਲੀ ਦਾ ਸ਼ਿਕਾਰ ਹੈ ਕਿਲਾ ਮਰੋਟ ਤੇ ਕਿਲਾ ਮਰੋਟ ਦਾ ਤੁਹਾਨੂੰ ਫਾਸਲਾ ਦਸੀ ਜਾਵਾਂ ਬਾਬਲਪੁਰ ਤੋਂ ਕਿਲਾ ਮਰੋਟ ਦਾ ਫਾਸਲਾ 100 ਕਿਲੋਮੀਟਰ ਹੈ ਬਾਬਲ ਨਗਰ ਤੋਂ 160 ਕਿਲੋਮੀਟਰ ਹੈ ਤੇ ਮੰਡੀ ਜਜ਼ਮਾਨ ਤੋਂ ਇਹਦਾ فاਸਲਾ 73 ਕਿਲੋਮੀਟਰ ਹੈ ਤੇ ਫੋਟਾ ਬਾਸ ਤੋਂ ਇਹਦਾ فاਸਲਾ 45 ਕਿਲੋਮੀਟਰ ਹੈ ਤੇ ਇਸ ਤੋਂ ਇਲਾਵਾ ਕਿਲੇਆਂ ਤੋਂ ਇਹਦਾ فاਸਲਾ ਕਿਲਾ ਡਰਾਵਰ ਤੋਂ ਇਹਦਾ فاਸਲਾ 115 ਕਿਲੋਮੀਟਰ ਹੈ ਤੇ ਕਿਲਾ ਮੀਰਗੜ ਤੋਂ ਇਹਦਾ فاਸਲਾ 18 ਕਿਲੋਮੀਟਰ ਹੈ ਕਿਲਾ ਮੋਜਗੜ ਤੋਂ ਇਹਦਾ فاਸਲਾ 33 ਕਿਲੋਮੀਟਰ ਹੈ ਤੇ ਕਿਲਾ ਜਾਮਗੜ ਤੋਂ ਇਹਦਾ فاਸਲਾ 11 ਕਿਲੋਮੀਟਰ ਹੈ ਕਿਲਾ ਜਾਮਗੜ ਕਿਲਾ ਮੀਰਗੜ ਤੇ ਕਿਲਾ ਮਰੋਡ ਇਹ ਤੇ ਇਕੋ ਲੈਂਡ ਤੇ ਹੀ ਵਾਕਿਆ ਨੇ ਤੇ ਕਿਨ ਕਿਲਾ ਮੋਜਗੜ ਜਿਹੜਾ ਇਹ ਤੋਂ ਥੋੜਾ ਦੂਰ ਵਾਕਿਆ ਤੇ ਜਿਹੜਾ ਕਿਲਾ ਏ ਮਰੋਟ ਏ ਇਹ ਸਤਾ ਜ਼ਮੀਨ ਤੋਂ ਬਲੰਦੀ ਤੇ ਇੱਕ ਕਿਲਾ ਬਣਾਇਆ ਗਿਆ ਦੂਰੋਂ ਕਿਲਾ ਨਜ਼ਰ ਆਉਂਦਾ ਸੀ ਉਸ ਦੌਰ ਚ ਵੀ ਆਹ ਵੇਖੋ ਇਹ بارشਾਂ ਦੀ ਵਜ੍ਹਾ ਤੋਂ ਇੱਥੇ ਰੋਡ ਵੀ ਪਏ ਨੇ ਤੇ ਕੁਝ ਮਕਾਮੀ ਲੋਕੀ ਇੱਥੋਂ ਦੇ ਕਹਿੰਦੇ ਨੇ ਵੀ ਇੱਥੋਂ ਸੋਨਾ ਵੀ ਨਿਕਲਦਾ ਵੇ ਜਦੋਂ بارشਾਂ ਹੁੰਦੀਆਂ ਜ਼ਿਆਦਾ ਤਾਂ ਉਹ ਇੱਥੇ ਆ ਜਾਂਦੇ ਇੱਥੇ ਖਦਾਈ ਕਰਦੇ ਨੇ ਤੇ ਕਹਿੰਦੇ ਨੇ ਵੀ ਇੱਥੋਂ ਸੋਨਾ ਨਿਕਲਦਾ ਲੇਕਿਨ ਇਸ ਗਾਲ ਦੀ ਹਕੀਕਤ ਦਾ ਕੋਈ ਪਤਾ ਨਹੀਂ ਕਿਉਂਕਿ ਕਿਸੇ ਨੇ ਅੱਜ ਤੱਕ ਇਹ ਦਾਵਾ ਨਹੀਂ ਕੀਤਾ ਵੀ ਮੈਨੂੰ ਸੋਨਾ ਲੱਭਾ ਵੇ ਜਾਂ ਕਿਸੇ ਨੇ ਸੋਨਾ ਲੱਭਿਆ ਇੱਥੋਂ ਕਿਸੇ ਵੀ ਗੱਲੋਂ ਇਹਦਾ ਪਤਾ ਨਹੀਂ ਲੱਗਾ ਆ ਦਿਵਾਰਾਂ ਇਹਦੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਆਹ ਰੋਡ 'ਤੇ بارشਾਂ ਦੀ ਵਜ੍ਹਾ ਤੋਂ ਆ ਜਿਹੜੇ ਟੋਏ ਟਿੱਬੇ ਬਣੇ ਆ ਜ਼ਿਆਦਾਤਰ بارشਾਂ ਦੀ ਵਜ੍ਹਾ ਤੋਂ ਹੀ ਬਣੇ ਨੇ ਕਿਉਂਕਿ ਕਿਲਾ ਜਿਹੜਾ ਉਹ ਬਹੁਤ ਪੁਰਾਣਾ ਹੋਵੇ ਕਾਫੀ ਪੁਰਾਣਾ ਹੋਵੇ ਤਾਂ ਕਾਫੀ ਕਈ بارشਾਂ ਆਈਆਂ ਕਈ ਇੱਥੇ ਰੋਡ 'ਤੇ ਜਿਹਦੀ ਵਜ੍ਹਾ ਤੋਂ ਇਹ ਕਿਲਾ ਜਿਹੜਾ ਵੇ ਖਸਤਾ ਹਾਲੀ ਦਾ ਸ਼ਿਕਾਰ ਹੈ ਇਹ ਕਿਲਾ ਜਿਹੜਾ ਵੇ ਚਿਤੋੜ ਦੇ ਹਾਕਮ ਰਾਜਾ ਮਹਿਰੋੜ ਨੇ ਇਹਨੂੰ ਤਮੀਰ ਕੀਤਾ ਸੀ ਇਹ ਕਿਹਾ ਜਾਂਦਾ ਵੀ 1291 ਚ ਇਹ ਤਮੀਰ ਹੋਇਆ ਸੀ ਇਹਦੀ ਬੁਨਿਆਦ ਰੱਖੀ ਸੀ 1291 ਦੇ ਅੰਦਰ ਚਤੋੜ ਦੇ ਹਾਕਮ ਰਾਜਾ ਮਹਿਰੋੜ ਨੇ ਇਸ ਤੋਂ ਬਾਅਦ 1491 'ਚ ਇਹਨੂੰ ਦੁਬਾਰਾ ਮਰੰਮਤ ਵੀ ਕੀਤਾ ਗਿਆ ਹੈ ਕਿਹਾ ਜਾਂਦਾ ਪਹਿਲੋ ਇਹ ਕੱਚਾ ਸੀ ਕੱਚੀਆਂ ਇੱਟਾਂ ਦੇ ਨਾਲ ਬਣਾਇਆ ਗਿਆ ਸੀ ਇਸ ਤੋਂ ਬਾਅਦ 1491 'ਚ ਇਹਨੂੰ ਪੱਕਾ ਬਣਾਇਆ ਗਿਆ ਤੇ ਸਾਈਡਾਂ ਤੇ ਪੱਕੀਆਂ ਇੱਟਾਂ ਲਾਈਆਂ ਗਈਆਂ ਵਿੱਚੋਂ ਇਹ ਕੱਚਾ ਹੀ ਸੀ ਤੇ 1491 ਤੋਂ ਇਹਦੇ ਸਾਈਡਾਂ ਤੇ ਵੀ ਇੱਟਾਂ ਲਾਈਆਂ ਗਈਆਂ ਇਤੋਂ ਵੀ ਰੋਡ ਪਏ ਨੇ ਬਹੁਤ ਜ਼ਿਆਦਾ ਇੱਥੇ ਕਿਉਂਕਿ ਉੱਚਾ ਕਿਲਾ ਵੇਦ ਇਸ ਵਾਸਤੇ ਜਦੋਂ ਵੀ ਬਾਰਸ਼ਾਂ ਪੈਂਦੀਆਂ ਆਵੇਂ ਤਾਂ ਬਾਰਸ਼ਾਂ ਜਦੋਂ ਮਿੱਟੀ ਜੜੀਏ ਬਾਰਸ਼ਾਂ ਦੇ ਪਾਣੀ ਦੇ ਨਾਲ ਥੱਲੇ ਚਲ ਜਾਂਦੀ ਹੈ ਤੇ ਜਿਹਦੀ ਵਾਇਆ ਤੋਂ ਇਹਦੀ ਵੀ ਹਾਲਤ ਖਰਾਬ ਹੋ ਗਈ ਆ ਦੁਬਾਰਾਂ ਇਹ ਵੀ ਖਤਮ ਹੋ ਗਈਆਂ ਤੁਹਾਨੂੰ ਜਿਹੜਾ ਕਿਲਾ ਮੀਰਗੜ ਜਾਂ ਕਿਲਾ ਜਾਮਗੜ ਵਿਖਾਇਆ ਸੀ ਉਹਦੀਆਂ ਦੁਬਾਰਾਂ ਹਜੇ ਬਾਕੀ ਨੇ ਇੱਟਾਂ ਵੀ ਬਾਕੀ ਨੇ ਲੇਕਿਨ ਇਹਦੀਆਂ ਇੱਟਾਂ ਜਿਹੜੀਆਂ ਸਾਰੀਆਂ ਡਿਗ ਡੁਗ ਪਈਆਂ ਨੇ ਤੇ ਟੱਟ ਟੁੱਟ ਗਈਆਂ ਨੇ ਸਾਰੀਆਂ ਦਿਵਾਰਾਂ ਵੀ ਖਤਮ ਹੋ ਗਈਆਂ ਨੇ ਤੇ ਬਹੁਤ ਇਹ ਜਿਹੜਾ ਉਹਨਾਂ ਕਿਲਿਆਂ ਨਾਲੋਂ ਵੀ ਇਹ ਜ਼ਿਆਦਾ ਖਸਤਾ ਅਲੀ ਦਾ ਸ਼ਿਕਾਰ ਹੈ ਆ ਵੇਖੋ ਇਤੋਂ ਪਤਾ ਲੱਗੇਗਾ ਤੁਹਾਨੂੰ ਕਿ ਬਹੁਤ ਜ਼ਿਆਦਾ ਇੰਚਾਈ ਤੇ ਇਹ ਕਿਲਾ ਬਣਾਇਆ ਗਿਆ ਸੀ ਇਹਦੇ ਕਿਲੇ ਦੇ ਬੁਰਜ ਵੀ ਮੌਜੂਦ ਸਨ ਲੇਕਿਨ ਹੁਣ ਤਾਂ ਕੋਈ ਵੀ ਬੁਰਜ ਨਜ਼ਰ ਨਹੀਂ ਆਉਂਦਾ ਆ ਸਾਹਮਣੇ ਟਾਵਰ ਨਜ਼ਰ ਆ ਰਿਹਾ ਇਹ ਬਹੁਤ ਜ਼ਿਆਦਾ ਬਾਅਦ 'ਚ ਬਣਾਇਆ ਗਿਆ ਵੇ ਇੱਥੇ ਇੱਕ ਦਰਬਾਰ ਵੀ ਉਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਇਹ ਵੀ ਜਿਹੜਾ ਵੇ ਬਾਅਦ ਦੇ ਅੰਦਰ ਹੀ ਬਣਾਇਆ ਗਿਆ ਲੇਕਿਨ ਇਹਦੇ ਬਾਰੇ ਵੀ ਬਹੁਤ ਜ਼ਿਆਦਾ ਕੁਝ ਅਫਵਾਹਾਂ ਫੈਲੀਆਂ ਹੋਈਆਂ ਨੇ ਇਹਦੀ ਇਹਦੀ ਵੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਵੀ ਇਹਦੀ ਹਕੀਕਤ ਆਖਰ ਕੀ ਏ ਆਵੇ ਇੱਥੋਂ ਵੀ ਟੋਏ ਬਣੇ ਨੇ ਆ ਜਿਹੜਾ ਇਧਰਲੀ ਸਾਈਡ ਤੇ ਰਕਤ ਲੱਗਾ ਇਹਦੇ ਨਾਲ ਇੱਕ ਦਰਬਾਰ ਬਣਾਇਆ ਗਿਆ ਇਹ ਬਹੁਤ ਜ਼ਿਆਦਾ ਡੂੰਘੇ ਟੋਏ ਬਣੇ ਜਗ੍ਹਾ-ਜਗ੍ਹਾ ਤੇ ਆਵੇ ਇੱਥੋਂ ਵੀ ਬਹੁਤ ਜ਼ਿਆਦਾ ਡੂੰਗੇ ਟੋਏ ਬਣੇ ਨੇ ਕੋਈ ਲੋਕੀ ਕਹਿੰਦੇ ਵੀ ਇਹ ਤੋਂ ਖਦਾਈ ਹੁੰਦੀ ਏ ਤੇ ਕੋਈ ਲੋਕੀ ਕਹਿੰਦੇ بارشਾਂ ਦੀ ਵਜ੍ਹਾ ਤੋਂ ਇਹ ਜਿਹੜੇ ਟੋਏ ਬਣੇ ਨੇ ਡੂੰਗੇ ਡੂੰਗੇ ਕਿਲਾ ਕਿਲੇ ਦੀ ਦੱਸਦਾ ਜਾਵਾਂ ਕਿ ਕਿਲਾ ਕਿੱਡਾ ਵੱਡਾ ਸੀ ਕਿਲੇ ਦੀ ਜਿਹੜੀ ਲੰਬਾਈ ਸੀ ਉਹ 820 ਫੁੱਟ ਸੀ ਕਿਲਾ ਇੱਕ ਪਾਸੇ 820 ਫੁੱਟ ਦਾ ਸੀ ਤੇ ਦੂਜੇ ਪਾਸੋਂ 464 ਫੁੱਟ ਦਾ ਕਿਲਾ ਸੀ ਆਵੇ ਇੱਥੇ ਵੀ ਟਾ ਪਈਆਂ ਨੇ ਸਾਰੀਆਂ ਟੁੱਟ ਟੁੱਟ ਕੇ ਡਿੱਗੀਆਂ ਖਲੋਤੀਆਂ ਨੇ ਤੇ ਸਾਰਾ ਜਿਹੜਾ ਮਿੱਟੀ ਉਹ ਵੀ ਖਤਮ ਹੋ ਚੁੱਕੀ ਹੈ ਇੱਥੇ ਆਵੇ ਇੱਥੋਂ ਵੀ ਕਿਸੇ ਨੇ ਸ਼ਾਇਦ ਖਦਾਈ ਕੀਤੀ ਹੈ ਜਾਂ ਫਿਰ ਵੈਸੇ ਹੀ بارش ਦੇ ਪਾਣੀ ਦੀ ਵਜ੍ਹਾ ਤੋਂ ਇੱਥੇ ਜੜੀ ਹੈ ਮਿੱਟੀ ਜੜੀ ਥੱਲੇ ਡਿੱਗੀ ਖਲੋਤੀ ਹੈ ਤੇ ਡੂੰਘ ਪਿਆ ਖਲੋਤਾ ਇੱਕ ਆ ਸਾਹਮਣੇ ਨਜ਼ਰ ਆ ਰਹੀ ਹੈ ਇਨੂੰ ਵੇਨੇ ਆ ਇਹ ਕਿ ਇਹ ਕਮਰਾ ਆ ਸਾਹਮਣੇ ਟਾਵਰ ਹੈ ਇਹਦੀ ਵੀ ਕਿਹਾ ਜਾਂਦਾ ਲੰਬਾਈ 150 ਫੋਟੇ ਦੇ ਬਾਅਦ ਦੇ ਅੰਦਰ ਬਣਾਇਆ ਗਿਆ ਵੇ ਫੌਜ ਨੇ ਕਿਹਾ ਜਾਂਦਾ ਪੀਐਨਓ ਤਮੀਰ ਕੀਤਾ ਸੀ ਇਸ ਟਾਵਰ ਨੂੰ ਕਿਉਂਕਿ ਨੇੜੇ ਬਾਰਡਰ ਹੈ ਬਾਰਡਰ ਨੂੰ ਵੇਖਣ ਵਾਸਤੇ ਇਹ ਟਾਵਰ ਤਮੀਰ ਕੀਤਾ ਗਿਆ ਬਣਾਇਆ ਗਿਆ ਆ ਇਟਾਂ ਪੁਰਾਣੇ ਜ਼ਮਾਨੇ ਦੀਆਂ ਟੈਲਨਮਾ ਮੌਜੂਦ ਨੇ ਇਹ ਕਿਹਾ ਜਾਂਦਾ ਵੀ ਆ ਜਿਹੜੀ ਇਹ ਮਸਜਿਦ ਸੀ ਉਸ ਜ਼ਮਾਨੇ ਦੇ ਅੰਦਰ ਔਰ ਮਸਜਿਦ ਜਿਹੜੀ ਬਹੁਤ ਜ਼ਿਆਦਾ ਖੂਬਸੂਰਤੀ ਦੇ ਨਾਲ ਬਣਾਈ ਗਈ ਸੀ ਉਦੋਂ ਲੇਕਿਨ ਹੁਣ ਇਹਦੀਆਂ ਦੁਵਾਰਾਂ ਖਤਮ ਹੋ ਚੁੱਕੀਆਂ ਨੇ ਰਸਤਾ-ਰਸਤਾ ਉਤੋਂ ਛੱਤ ਵੀ ਅੱਧੀ ਬਾਕੀ ਹੈ ਤੇ ਅੱਧੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਥੱਲੇ ਤਿਆਖਾਣਾ ਇਹਦੇ ਵਿੱਚ ਵੀ ਵੜ ਕੇ ਬੈਨੇ ਆ ਇੱਥੋਂ ਕੀ ਹੈ ਅੰਦਰ ਇਹਦੇ ਹਾਂ ਤਿਆਖਾਨੇ ਦੇ ਅੰਦਰ ਆ ਗਏ ਤੇ ਆ ਮਸਜਿਦ ਦੇ ਅੰਦਰ ਇਹ ਤਹਿਖਾਨਾ ਬਣਾਇਆ ਗਿਆ ਵੇ ਤੇ ਇੱਧਰ ਸਰੂੰਗਾ ਪਤਾ ਨਹੀਂ ਇੱਧਰ ਵੀ ਸਰੋਂਗੇ ਕਾਸ ਰੋਂਗੇ ਕਿ ਪਤਾ ਨਹੀਂ ਹੁਣ ਕਿਹੜੇ ਮਕਸਦ ਲਈ ਇਹ ਸਰੂੰਗਾ ਬਣਾਈਆਂ ਗਈਆਂ ਨੇ ਲੇਕਿਨ ਉਸ ਦੋਵਰ ਦੇ ਅੰਦਰ ਬਹੁਤ ਮਹਾਰਤ ਦੇ ਨਾਲ ਇਸ ਕੰਮ ਕੀਤੇ ਗਏ ਨੇ ਇੱਧਰ ਵੀ ਇੱਕ ਸਰੋਂਗੇ ਤੇ ਹੁਣ ਪਤਾ ਨਹੀਂ ਇੱਧਰ ਵੀ ਇੱਕ ਹੈ ਵੇ ਖੁੱਡ ਜੀ ਉਹ ਸਾਹਮਣੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਮੋਰਚੇ ਬਣੇ ਨੇ ਇਹ ਫੌਜ ਨੇ ਬਣਾਏ ਪਾਕਿਸਤਾਨੀ ਫੌਜ ਨੇ ਕਿਉਂਕਿ ਇਹ ਤਾਂ ਬਾਰਡਰ ਦਾ ਫਾਸਲਾ ਵੀ ਥੋੜਾ ਹੀ ਹੈ ਇਸ ਵਾਸਤੇ ਫੌਜ ਨੇ ਜਗਾ ਜਗਾ ਤੇ ਰੇਗਿਸਤਾਨ ਦੇ ਵਿੱਚ ਮੋਰਚੇ ਬਣਾਏ ਹੋਏ ਨੇ ਆ ਜੇ ਕਿਲਾ ਦੂਰ ਦੂਰ ਤੱਕ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਹੋਵੇ ਇਹ ਵੇ ਕਿਲਾ ਮਰੋਟ ਆ ਸਾਹਮਣੇ ਤੁਹਾਨੂੰ ਖੰਡਰੀ ਨਜ਼ਰ ਆ ਰਿਹਾ ਕਿਲਾ ਮਰੋਟ ਆ ਗਿਆ ਟਾਵਰ ਲੇਕਿਨ ਆ ਜਿਹੜਾ ਦੂਰ ਦੂਰ ਤੱਕ ਨਜ਼ਰ ਆ ਰਿਹਾ ਲੇਕਿਨ ਦੀਵਾਰ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆ ਰਹੀ ਬਲਕੇ ਟੋਇਟੀ ਬਈ ਨਜ਼ਰ ਆ ਰਹੇ ਨੇ ਇੱਕ ਇਥੋਂ ਪੌੜੀਆਂ ਤੇ ਚੜਦੇ ਆ ਤੇ ਇੱਕ ਇਥੇ ਵੀ ਮੋਰਚਾ ਮੌਜੂਦ ਏ ਇਹਦਾ ਵੀ ਹੁਣ ਕੋਈ ਪਤਾ ਨਹੀਂ ਪਹਿਲਾਂ ਬਣਾਇਆ ਗਿਆ ਹੈ ਕਿ ਬਾਅਦ ਚ ਬਣਾਇਆ ਗਿਆ ਵੇ ਇੱਕ ਆ ਮੋਰਚਾ ਬਣਾਇਆ ਗਿਆ ਵੇ ਆਵੇ ਲੋ ਇਧਰ ਬਣਾਏ ਗਏ ਨੇ ਇਹਨਾਂ ਦੇ ਰਾ ਮੋਰਚਿਆਂ ਦੇ ਜਿੱਥੋਂ ਫਾਰੰਗ ਹੁੰਦੀ ਏ تیر વરસਦੇ ਨੇ ਇਸ ਤੋਂ ਲਾਵਾ ਹੋਰ ਪਾਸੇ ਜਾਣੇ ਆ ਇੱਕ ਆ ਵੇਖੋ ਲੱਕੜੀ ਲਾਈ ਗਈ ਪਿੱਲਰ ਜੇ ਬਣਾਏ ਗਏ ਲੱਕੜੀ ਦੇ ਇਹ ਪੁਰਾਣੇ ਜ਼ਮਾਨੇ ਦੀ ਲੱਕੜੀ ਉਹੀ ਲੱਗੀ ਹੋਈ ਏ ਨਾ ਇਹਨੂੰ ਐਡੀ ਛਦੀ ਸਿਉਂਖ ਲੱਗਦੀ ਏ ਤੇ ਨਾ ਹੀ ਇਹ ਐਡੀ ਛਦੀ ਖਤਮ ਹੁੰਦੀ ਏ ਆ ਇੱਕ ਬਣਾਇਆ ਗਿਆ ਗਾਡਰ ਛਤੀਰ ਪੁਰਾਣੇ ਜ਼ਮਾਨੇ ਦੀ ਛਤਿਰ ਤੇ ਆਜ ਜ਼ਮਾਨੇ ਤੇ ਐਵੇਂ ਹੁਣ ਗਾਡਰ ਲੱਗਦੇ ਨੇ ਇਹ ਸਮਝੋ ਐਜ਼ ਜ਼ਮਾਨੇ ਦਾ ਗਾਡਰ ਈ ਜਿਹੜਾ ਹਜੇ ਤੱਕ ਬਾਕੀ ਏ ਆਹ ਲੱਕੜੀ ਏ ਦੀ ਇਹਦਾ ਡਿਜ਼ਾਈਨ ਵੇਖ ਕਿੰਦੀ ਖੂਬਸੂਰਤੀ ਨਾਲ ਬਣਾਇਆ ਗਿਆ ਏ ਲੇਕਿਨ ਦੀਵਾਰਾਂ ਜਿਹੜੀਆਂ ਆਸਤਾ ਆਸਤਾ ਜਿਹੜੀਆਂ ਇਹਦੀਆਂ ਵੀ ਖਤਮ ਹੁੰਦੀਆਂ ਜਾਣ ਡੀਆਂ ਨੇ ਇਹ ਕਈ ਧਰ ਵੀ ਲੱਕੜ ਲੱਗੀ ਏ ਇਸ ਤੋਂ ਲਾਵਾ ਉੱਤੇ ਪਤਾ ਨਹੀਂ ਕਿਹੜੇ ਮਕਸਦ ਲਈ ਲੱਕੜ ਲਗਾਈ ਗਈ ਹੈ ਉਹ ਛੋਟੀ ਜੀ ਲੱਕੜ ਲਗਾਈ ਗਈ ਹੈ ਦਰਵਾਜ਼ੇ ਵੀ ਉਦੋਂ ਬਜ਼ਿਆਦਾਤਰ ਲੱਕੜਾਂ ਦੇ ਹੀ ਹੁੰਦੇ ਸੀ ਤੇ ਗਾਰਡਰ ਵੀ ਲੱਕੜਾਂ ਦੇ ਹੀ ਹੁੰਦੇ ਸੀ ਉਹ ਜ਼ਮਾਨੇ 'ਚ ਆ ਜਿਹੜਾ ਇਹ ਕਾ ਲੱਕੜ ਲੱਗੀ ਹੋਈ ਹੈ ਇਸ ਤੋਂ ਇਲਾਵਾ ਇੱਕ ਆ ਕਮਰਾ ਮੌਜੂਦ ਹੈ ਤੇ ਇਹਦੇ ਵੀ ਆ ਤੁਹਾਨੂੰ ਡਿਜ਼ਾਈਨ ਨਜ਼ਰ ਆ ਰਹੇ ਜੈਸ ਤਰੀਕੇ ਦੇ ਨਾਲ ਇਹ ਬਣਾਈ ਗਈ ਹੈ ਆ ਦੇਖੋ ਆ ਵੀ ਤੁਹਾਨੂੰ ਇਟਾ ਨਜ਼ਰ ਆ ਰਹੀਆਂ ਜਿਸ ਤਰੀਕੇ ਦੇ ਨਾਲ ਇਹ ਲਗਾਈਆਂ ਗਈਆਂ ਉਹ ਸਾਰੀਆਂ ਨਜ਼ਰ ਆ ਰਹੀਆਂ ਏਸੀਜੀ ਕਿਲਾ ਮਰੋਟ ਆ ਖਤਮ ਹੋ ਚੁੱਕੀ ਹੈ ਇਹ ਅਡ ਨਵੀਆਂ ਆਈਟਮ ਵੀ ਇੱਥੇ ਨਜ਼ਰ ਆਉਂਦੀਆਂ ਨੇ ਇਹ ਕਿਲਾ ਮਰੋਟ ਸੀ ਇੱਕ ਉਹ ਪਿੱਛੇ ਵੀ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ ਬਹੁਤ ਸ਼ੁਕਰੀਆ ਵੀਡੀਓ ਦੇਖਣ ਦਾ ਖੁਦਾ ਹਾਫਿਜ਼